ਸਤਿ ਸ਼੍ਰੀ ਅਕਾਲ ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦਰਸ਼ਕੋ ਸਾਡੀ ਲੜੀਵਾਰ ਪੰਜਾਬੀ ਜਮਾਤ ਦੇ ਅੰਦਰ ਹੁਣ ਅਸੀਂ ਪਹੁੰਚ ਚੁੱਕੇ ਹਾਂ ਲਾਂ ਦੀ ਮਾਤਰਾ ਦੇ ਉੱਤੇ ਕੱਲ ਅਸੀਂ ਕੀਤਾ ਹੋੜਾ ਤੇ ਕਨੌੜਾ ਉਹਦੀ ਆਵਾਜ਼ ਵੀ ਅਸੀਂ ਪੂਰੀ ਤਰ੍ਹਾਂ ਤੁਹਾਨੂੰ ਸਿਖਾਈ ਔਰ ਉਮੀਦ ਹੈ ਕਿ ਅਭਿਆਸ ਦੇ ਰਾਹੀਂ ਤੁਸੀਂ ਉਹਨੂੰ ਜ਼ਰੂਰ ਜੋ ਅਸੀਂ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਸਿੱਖ ਲਿਆ ਹੋਵੇਗਾ ਤੇ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਲਾਂ ਔਰ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਦੇਵਾਂ ਕਿ ਇਸ ਕੈਦੇ ਦੀ ਅਸੀਂ ਗੱਲ ਕਰਦੇ ਹਾਂ ਇਹ ਕੈਦਾ ਤੁਸੀਂ ਕਿਸੇ ਵੀ ਦੁਕਾਨ ਤੋਂ ਖਰੀਦ ਕੇ ਇਹਦੇ ਉੱਪਰੋਂ ਕਿੰਨੇ ਸਾਰੇ ਸ਼ਬਦ ਦਿੱਤੇ ਗਏ ਨੇ ਇਸ ਕੈਦੇ ਦੇ ਰਾਹੀਂ ਤੁਸੀਂ ਹਰ ਇੱਕ ਮਾਤਰਾ ਜਿੰਨੀ ਵੀ ਲਗਾ ਮਾਤਰਾ ਸਿਖਾਈਆਂ ਗਈਆਂ ਉਹਨਾਂ ਦਾ ਅਭਿਆਸ ਕਰ ਸਕਦੇ ਹੋ ਅੱਜ ਸਾਡੀ ਰਹੇਗੀ ਲਾਂ ਲਾਂ ਹਿੰਦੀ 'ਚ ਆਪਾਂ ਬੋਲਦੇ ਹਾਂ ਏ ਕੀ ਮਾਤਰਾ ਇੱਦਾਂ ਹੀ ਜੋ ਲੱਗਦੀ ਹੈ ਇਹਨੂੰ ਕਹਿੰਦੇ ਲਾਂ ਇੱਕ ਸਿੰਗਲ ਲਾਂ ਜਿੱਦਾਂ ਸ਼ਸ਼ਾ ਲਾਂ ਰਾਰਾ ਸ਼ਸ਼ਾ ਸ਼ਸ਼ੇ ਨੂੰ ਲਾਂ ਏ ਦੀ ਆਵਾਜ਼ ਦਿੰਦੀ ਇਹ ਏ ਸ਼ਸ਼ੇ ਨੂੰ ਲਾਂ ਏ ਸ਼ੇ ਰ ਸ਼ੇਰ ਸ਼ਸ਼ੇ ਨੂੰ ਲਾਂ ਸ਼ੇਰ ਸ਼ੇਰ ਕੱਕਾ ਏ ਲੱਲਾ ਕੰਨਾ ਕੱਕਾ ਏ ਲਾ ਕ ਏ ਲਾ ਲਾ ਏ ਕਿਹਦੀ ਆਵਾਜ਼ ਦੇ ਰਹੀ ਹੈ ਇਹ ਏ ਕੱਕਾ ਕੱਕੇ ਨੂੰ ਲਾ ਕੇ ਲੱਲਾ ਲੱਲੇ ਨੂੰ ਕੰਨਾ ਲਾ ਕੇਲਾ ਕੇ ਲਾ ਕੇਲਾ ਪਵਾ ਪਵੇ ਨੂੰ ਏ ਲਾ ਏ ਲੱਲਾ ਵਵਾ ਏ ਲ ਵੇਲ ਵੇਲ ਤੱਤਾ ਏ ਲੱਲਾ ਤੱਤਾ ਏ ਲ ਤੱਤਾ ਤੱਤੇ ਨੂੰ ਲਾਂ ਲੱਲਾ ਤੇਲ ਏ ਦੀ ਆਵਾਜ਼ ਦੇ ਰਹੀ ਹੈ ਇਹ ਏ ਤੇਲ ਏ ਤੱਤਾ ਏ ਲ ਤੇਲ ਵਵਾ ਵਵੇ ਨੂੰ ਲਾਂ ਸੱਸਾ ਵੇਸ ਨਣ ਵੇਸਣ 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 ਦੇਖਦੇ ਨਾ ਆਪਾਂ ਖਾਣ ਦੀ ਜਿਹਦੇ ਪਕੌੜੇ ਵੀ ਬਣਦੇ ਵੇਸਣ ਦੀਆਂ ਰੋਟੀਆਂ ਵੇਸਣ ਅਸੀਂ ਖਾਣ ਨੂੰ ਯੂਜ਼ ਕਰਦੇ ਹਾਂ ਵੇਸਣ ਜੱਜਾ ਲੱਲਾ ਏ ਬੀ ਜੱਜਾ ਲੱਲੇ ਨੂੰ ਲਾਂ ਲੇ ਬੀ ਜਲੇਬੀ 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 ਸ਼ੇਰ
ਸ਼ੇਰ ਸ਼ਸ਼ੇ ਨੂੰ ਲਾਂਰ ਸ਼ੇਰ ਰਾਰਾ ਖੱਖੇ ਨੂੰ ਲਾਂ ਖੇ ਡੱਡਾ ਖੇਡ ਮੰਮੇ ਨੂੰ ਲਾਂ ਮੇ ਖੱਖਾ ਮੇਖ ਮੇਖ ਵਵਾ ਵਵੇ ਨੂੰ ਲਾਂ ਖੱਖਾ ਵੇਖ ਵੇਖ ਮੰਮੇ ਨੂੰ ਲਾਂ ਮੇ ਲੱਲੇ ਨੂੰ ਕੰਨਾ ਲਾ ਮੇਲਾ ਵਵੇ ਨੂੰ ਲਾਂ ਵੇ ਲੱਲੇ ਨੂੰ ਕੰਨਾ ਲਾ ਵੇਲਾ ਮੰਮੇ ਨੂੰ ਲਾਂ ਮੇ ਵਵੇ ਨੂੰ ਕੰਨਾ ਵਾ ਮੇਵਾ ਮੇ ਵਾ ਸੱਸੇ ਨੂੰ ਲਾਂ ਸੇ ਵਵੇ ਨੂੰ ਕੰਨਾ ਵਾ ਸੇਵਾ ਸ਼ੇਰ ਸ਼ਸ਼ੇ ਨੂੰ ਲਾਂ ਸ਼ੇ ਰਾਰਾ ਸ਼ੇਰ ਖੱਖੇ ਨੂੰ ਲਾਂ ਖੇ ਡੱਡਾ ਖੇਡ ਮੰਮੇ ਨੂੰ ਲਾਂ ਮੇ ਖੱਖਾ ਮੇਖ ਵਾਵੇ ਨੂੰ ਲਾਂ ਖੱਖਾ ਵੇਖ ਮੰਮੇ ਨੂੰ ਏ ਮੇ ਲੱਲੇ ਨੂੰ ਕੰਨਾ ਲਾ ਮੇਲਾ ਵਾਵੇ ਨੂੰ ਏ ਵੇ ਲੱਲੇ ਨੂੰ ਕੰਨਾ ਲਾ ਵੇਲਾ ਮੰਮੇ ਨੂੰ ਏ ਵਾਵੇ ਨੂੰ ਕੰਨਾ ਵਾ ਮੇਵਾ ਸੱਸੇ ਨੂੰ ਏ ਵਾਵੇ ਨੂੰ ਕੰਨਾ ਵਾ ਸੇਵਾ ਕਿਹਦੀ ਆਵਾਜ਼ ਆ ਰਹੀ ਹੈ ਏ ਹਿੰਦੀ ਵਿੱਚ ਵੀ ਅਸੀਂ ਜਦੋਂ ਪੜ੍ਹਦੇ ਅਗਰ ਏ ਕੀ ਮਾਤਰਾ ਐ ਕੀ ਮਾਤਰਾ ਇੱਦਾਂ ਹੀ ਇਹ ਲਾਂ ਅਤੇ ਅੱਗੇ ਜਿਹੜੀ ਸਿਖਾਵਾਂਗੇ ਉਹ ਦੁਲਾਂ ਦੋ ਹੋਣਗੀਆਂ ਉਹਦੇ 'ਤੇ ਦੋ ਲੱਗਦੀਆਂ ਨੇ ਉਹ ਹੁੰਦੀਆਂ ਦੁਲਾਵਾਂ ਇਹ ਲਾਂ ਉਹ ਦੁਲਾਵਾਂ ਹੁਣ ਤਿੰਨਾਂ ਵਾਲੇ ਸੱਸਾ ਵਾਵੇ ਨੂੰ ਲਾਂ ਸਵੇ ਰਾਰੇ ਨੂੰ ਕੰਨਾ ਰਾ ਸਵੇਰਾ ਸਵੇਰਾ ਹਾਹਾ ਨੰਨੇ ਨੂੰ ਕੰਨਾ ਨੇ ਰਾਰੇ ਨੂੰ ਕੰਨਾ ਰਾ ਹਾਹਾ ਨੇਰਾ ਹਨੇਰਾ ਸੱਸੇ ਨੂੰ ਔਂਕੜ ਸੂ ਰਾਰੇ ਨੂੰ ਲਾ ਰੇ ਸ਼ ਸੁਰੇਸ਼ ਸੁਰੇਸ਼ ਵਾਵੇ ਨੂੰ ਏ ਵੇ ਲੱਲਾ ਵੇ ਲਣਾਣੇ ਨੂੰ ਕੰਨਾਣਾ ਕੀ ਬਣਿਆ ਵੇਲਣਾ ਰੋਟੀ ਪਕਾਉਣ ਨੂੰ ਆਪਾਂ ਯੂਜ਼ ਕਰਦੇ ਹਾਂ ਵੇਲਣਾ ਰੋਟੀ ਵੇਲਣ ਨੂੰ ਸੱਸਾ ਲੱਲੇ ਨੂੰ ਲਾਂ ਸਲੇ ਟੈਂਕਾ ਸਲੇਟ ਸਲੇਟ ਲਿਖਣ ਨੂੰ ਅੱਜ ਕੱਲ੍ਹ ਸਲੇਟ ਸਲੇਟੀ ਨਾਲ ਬੱਚੇ ਬਹੁਤ ਘੱਟ ਲਿਖਦੇ ਆ ਤਾਂ ਜਿੱਦਾਂ ਬਲੈਕ ਬੋਰਡ ਛੋਟੇ ਛੋਟੇ ਆਉਂਦੇ ਇੱਦਾਂ ਹੀ ਸਲੇਟ ਹੁੰਦੀ ਹੈ ਇੱਕ ਚਿੱਟੇ ਰੰਗ ਦੀ ਸਲੇਟੀ ਨਾਲ ਉਹਦੇ ਉੱਤੇ ਜਿਹੜਾ ਲਿਖਿਆ ਜਾਂਦਾ ਲੱਲੇ ਨੂੰ ਔਂਕੜ ਲੂ ਟੈਂਕੇ ਨੂੰ ਏ ਟੇ ਰਾਰੇ ਨੂੰ ਕੰਨਾ ਰਾ ਲੂ ਟੇ ਰਾ ਲੁਟੇਰਾ ਲੂ ਟੇ ਰਾ ਊ ਏ ਆ ਲੂ ਟੇ ਰਾ ਤੈਨੂੰ ਲੱਗਾ ਮਾਤਰਾ ਲੱਗੀਆਂ ਤੱਤੇ ਨੂੰ ਲਾਂ ਤੇ ਲੱਲਾ ਨਾਣਾ ਤੇਲਣ ਅੱਜ ਕੱਲ੍ਹ ਕੋਈ ਵੀ ਆਪਾਂ ਤੇਲੀ ਤੇਲਣ ਦੀਆਂ ਗੱਲਾਂ ਬਹੁਤੀਆਂ ਹੁੰਦੀਆਂ ਨਹੀਂ ਤੇਲੀ ਤੇਲੀ ਵੀ ਬੱਚਿਆਂ ਨੂੰ ਨਹੀਂ ਪਤਾ ਹੋਣਾ ਕਿ ਤੇਲੀ ਜਿਹਦੇ ਤੋਂ ਆਪਾਂ ਕੋਲੂ ਤੋਂ ਤੇਲ ਕਢਾਉਂਦੇ ਹੁੰਦੇ ਸੀ ਸਰੋਂ ਦੇ ਕੇ ਤੇਲ ਕਢਾਉਣੀ ਤੇਲ ਭਿਉਣਾ ਤਾਂ ਉਹ ਤੇਲੀ ਹੁੰਦਾ ਸੀ ਜਿਹੜਾ ਸਾਨੂੰ ਤੇਲ ਕੱਢ ਕੇ ਦਿੰਦਾ ਸੀ ਅਤੇ ਤੇਲਣ ਜਿਹੜੀ ਉਸ ਅਗਰ ਕੋਈ ਲੇਡੀ ਉਸ ਦੁਕਾਨ 'ਤੇ ਜਾਂ ਉਸਦੀ ਵਾਈਫ ਨੂੰ ਆਪਾਂ ਜਿੱਦਾਂ ਥਾਣੇਦਾਰ ਦੀ ਵਾਈਫ ਨੂੰ ਥਾਣੇਦਾਰ ਨਹੀਂ ਬੋਲ ਲੈਂਦੇ ਹਾਂ
ਇੱਦਾਂ ਤੇਲੀ ਦੀ ਵਾਈਫ ਨੂੰ ਤੇਲਣ ਕਹਿ ਦਿੰਦੇ ਨੇ, ਜਿਹੜਾ ਜਿਹਦੇ ਤੋਂ ਆਪਾਂ ਕੋਲੂ ਤੋਂ ਤੇਲ ਕਢਾ ਕੇ ਲਿਆਉਂਦੇ ਹਾਂ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਸ਼ਾਇਦ ਹੀ ਉਹਨਾਂ ਨੂੰ ਕਿਤੇ ਇਹੋ ਜਿਹੀਆਂ ਗੱਲਾਂ ਸਾਡੇ ਰਾਹੀਂ ਦੱਸੀਆਂ ਜਾਂਦੀਆਂ ਹੋਣਗੀਆਂ, ਜਿਹੜੀਆਂ ਸਾਡੇ ਪੁਰਾਣੇ ਸੱਭਿਆਚਾਰ ਨਾਲ ਵੀ ਸਾਨੂੰ ਜੋੜ ਰਹੀਆਂ ਹੋਣਗੀਆਂ। ਤੱਤੇ ਨੂੰ ਲਾ ਤੇ ਲੱਲਾ ਨਾਣਾ ਤੇਲਣ, ਪੱਪਾ ਲੱਲੇ ਨੂੰ ਲਾ ਪਲੇ ਟੈਂਕਾ, ਪਲੇਟ ਪੱਪਾ ਲੇਟ ਪਲੇਟ। ਸੱਸਾ ਵੇਰਾ ਸਵੇਰਾ, ਹਨੇਰਾ ਹਨੇਰਾ, ਸੱਸਾ ਲੇਟ ਸਲੇਟ, ਤੱਤਾ ਏ ਲੱਲਾਣਣ ਤੇਲਣ, ਸੱਸਾ ਊਰੇਸ਼ ਸੁਰੇਸ਼, ਵਾਵਾ ਏ ਲਣਾ ਵੇਲਣਾ, ਲੱਲਾ ਊਟੇਰਾ ਲੁਟੇਰਾ, ਪੱਪਾ ਲੇਟ ਪਲੇਟ। ਕਿਹਦੀ ਆਵਾਜ਼ ਇਹ ਦੇ ਰਿਹਾ? ਏ ਸਵੇ ਰਾ ਹਨੇ ਰਾ ਸਲੇ ਏ ਟ ਤੇ ਏ ਲਣ ਸੁ ਰੇ ਸ਼ ਵ ਏ ਲਣਾ ਲੂ ਟੇ ਏ ਰਾ ਲੁਟੇਰਾ ਪਲੇਟ ਪਲੇਟ ਪਲੇਟ। ਤਾਂ ਅੱਜ ਉਮੀਦ ਹੈ ਕਿ ਦਰਸ਼ਕਾਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਵੀ ਦੇਖ ਰਹੇ ਨੇ ਉਹਨਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਜਿਹੜੀ ਇਹ ਲਾਂ ਵਾ ਇਹ ਆਵਾਜ਼ ਦੇ ਰਹੀ ਏ ਦੀ। ਅਤੇ ਕੱਲ੍ਹ ਇਹਦੀਆਂ ਅਸੀਂ ਪੰਕਤੀਆਂ ਕਰਾਂਗੇ, ਫਿਰ ਉਸਦੇ ਬਾਅਦ ਜਦੋਂ ਅਸੀਂ ਤੁਹਾਨੂੰ ਦੁਲਾਵਾਂ ਦੱਸਾਂਗੇ ਫਿਰ ਦੋਨਾਂ ਦੀ ਜਿਹੜੀ ਸਾਊਂਡ ਹੈ ਕੀ ਪ੍ਰੋਨੰਸੀਏਸ਼ਨ ਕਰਨ ਦੇ ਨਾਲ ਕੀ ਫਰਕ ਪਤਾ ਲੱਗਦਾ ਤਾਂ ਉਹ ਦੱਸਾਂਗੇ। ਅਤੇ ਉਮੀਦ ਹੈ ਜਿੰਨਾ ਜ ਏ ਦੀ ਏ ਦੇ ਲਾਂ ਜਿਹੜੀ ਇਹ ਆਵਾਜ਼ ਦੇ ਰਹੀ ਆ ਤੁਹਾਨੂੰ ਸਿਖਾਈ ਗਈ ਆ, ਸਮਝ ਆ ਗਈ ਹੋਵੇਗੀ। ਅਤੇ ਵਾਰ ਵਾਰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਕੈਦਾ ਲੈ ਕੇ ਘਰ ਜ਼ਰੂਰ ਪੜ੍ਹੋ, ਇਹੋ ਜਿਹਾ ਕੈਦਾ ਜਿਵੇਂ ਹੁਣ ਤੁਹਾਨੂੰ ਸ਼ੇਰ ਦੀ ਤਸਵੀਰ ਬਣੀ ਹੋਏਗੀ। ਕੇਲਾ ਵੇਲ ਤੇਲ ਵੇਸਣ ਜਲੇਬੀ, ਇਹ ਬੱਚਿਆਂ ਨੂੰ ਦੇਖ ਕੇ ਤਸਵੀਰਾਂ ਜਦੋਂ ਦੇਖਣਗੇ ਔਰ ਬੋਲਣਗੇ। ਖਾਸ ਕਰਕੇ ਇੱਕ ਬੇਨਤੀ ਅਸੀਂ ਵਾਰ ਵਾਰ ਬੋਲਦੇ ਹਾਂ ਕਿ ਘਰ ਦੇ ਅੰਦਰ ਪੰਜਾਬੀ ਭਾਸ਼ਾ ਦੀ ਜਿਹੜੀ ਵਰਤੋਂ ਕਰੋ, ਜਦੋਂ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇਗੀ ਤਾਂ ਬੱਚੇ ਜਿਵੇਂ ਸੁਣਨਗੇ ਬ ਨਹੀਂ ਅਸੀਂ ਬੱਬਾ ਬੋਲਾਂਗੇ ਤਾਂ ਬੱਚੇ ਨੂੰ ਪਤਾ ਲੱਗੇਗਾ ਕਿ ਬੱਬੇ ਤੋਂ ਜਿਹੜੇ ਬੱਤਕ ਜਾਂ ਬਰਫੀ ਜੋ ਵੀ ਬਣਦਾ ਕੋਈ ਵੀ ਚੀਜ਼ਾਂ, ਜਿੰਨੀ ਦੇਰ ਅਸੀਂ ਪੰਜਾਬੀ ਬੋਲਾਂਗੇ ਨਹੀਂ ਪੰਜਾਬੀ ਸਿੱਖਣੀ ਥੋੜ੍ਹੀ ਔਖੀ ਹੋ ਜਾਂਦੀ ਹੈ। ਇਸ ਕਰਕੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰੋ ਬੱਚਿਆਂ ਦੇ ਨਾਲ। ਅਤੇ ਅੱਜ ਦੀ ਸਾਡੀ ਪੰਜਾਬੀ ਜਮਾਤ ਦੇ ਅੰਦਰ ਫਿਲਹਾਲ ਇੰਨਾ ਹੀ, ਫਿਰ ਅਸੀਂ ਕੱਲ੍ਹ ਨੂੰ ਇਸੇ ਦੀਆਂ ਪੰਕਤੀਆਂ ਤੁਹਾਨੂੰ ਸਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।